हाँ जी, सत श्री अकाल सारा नूं। की हाल है? कहमा से तां होर सुनाओ। तां अज दुपहर दा टाइम सी, दिल कीता मैं कहा थोड़े नाल भी वीडियो सांझी करी जावे। तां मैनू अंदरों बड़ा वधिया माहौल लग्गिया रूम दे विच। इधर सीसां वेदी बैठे सीगे ते वीरवार गए चले आ, उह कहिंदे सी चले काफ़ी टाइम हो गए। तां मैं हुण फ्री होया सीगा ते मैं कहा क्यों ना दिखाया जाए भरावान नूं भी। मेरी तो रूह जी खुश हो गई भी सारे एनीमल जिहड़े छोटे ला लो वड्डे ला लो भी सारे दे सारे पूरे वधिया बैठे आ। ते बाकी एक दुख वाली गल भी उह भी तुहाडे नाल मैं साझी करदा। तां काम माड़ा होया तां आपां अगे कहने हुंदे आ परमात्मा नूं, है ना, भी परमात्मा बख्शो। कोई पर जाने च कोई गलतियां हो जांदियां तां आपां कह नहीं दिंदे भी कर्मां दियां सजा हुंदियां। उह भी अज तुहाडे नाल इक चीज़ साझी कर उह भी चीज़ तुहाडे नाल साझी करनी आ। तां उह भी जांदा होया तुहानूं दिखाई देना। आह कट्टा सीगा तुहानूं दस्सिया सीगा भी पहलां तां ਇਹਦੇ ਡੰਡਾ ਮਾਰਿਆ ਸੀਗਾ ਉਹਦੇ ਤੇਜੇ ਨੇ ਅਤੇ ਉਹ ਕਹਿੰਦਾ ਮੈਂ ਦੂਜੇ ਦੇ ਮਾਰਦਾ ਸੀ ਵੀ ਇਹ ਚਾਂ ਚਾਂ ਕੇ ਇੱਕਦਮ ਇੰਨੀ ਕੁ ਸਪੀਡ ਨਾਲ ਮੂਹਰੇ ਆ ਗਿਆ ਵੀ ਉਹ ਡੰਡਾ ਦੂਜੇ ਦੇ ਮਾਰਦਾ ਤਾਂ ਐਂ ਸੀਗਾ ਵੀ ਪੋਲਾ ਜਿਹਾ ਜਿਵੇਂ ਆਪਾਂ ਮਾਰਦੇ ਹਾਂ ਕੰਨੀ ਜੀ ਵੀ ਐਂ ਹੱਕਣ ਵਾਸਤੇ ਅਤੇ ਉਹ ਤਿੱਖੀ ਕੰਨੀ ਜੀ ਸੀ ਡੰਡੇ ਦੀ ਜਮਾਂ ਐਂਡ ਵਾਲਾ ਪਾਸਾ ਇਹਦੀ ਅੱਖ 'ਚ ਵੱਜ ਗਿਆ ਅਤੇ ਫੁੱਟ ਗਈ ਜਿਵੇਂ ਰੱਬ ਜਾਣੇ ਵੀ ਜਿਵੇਂ ਉਹਨੇ ਕਿਵੇਂ ਮਾਰਿਆ, ਹੈ ਨਾ, ਜਾਣ ਕੇ ਜਾਂ ਉਵੇਂ ਜਿਵੇਂ ਸੱਚ ਕਹਿੰਦਾ। ਤਾਂ ਚਲੋ ਫਿਰ ਵੀ ਆਪਾਂ ਕਹਿ ਦਿੰਦੇ ਹਾਂ ਅਤੇ ਵੀ ਇਹਦੀ ਤਕਦੀਰ, ਹੈ ਨਾ, ਚੱਲ ਵਧੀਆ ਸੀਗਾ ਕੱਟਾ ਹੁਣ ਵੀ ਸੀਗਾ। ਹੁਣ ਗਾਹਾਂ ਗਏ ਇਹਨੂੰ ਭਰਾਵਾਂ ਨੂੰ ਐਂ ਬਰੀਡਿੰਗ ਵਾਸਤੇ ਚੱਲ ਦੇਣਾ ਸੀਗਾ। ਤਾਂ ਇਕੱਲਾ ਐਂ ਨਹੀਂ ਸੀਗਾ ਵੀ ਊਂ ਵੀ ਚੱਲ ਆਇਆ ਸੀਗਾ ਵੀ ਯਾਰ ਆਹ ਖੜਾ ਗਾ ਵੀ ਬਰੀਡਿੰਗ ਇਹਦੀ ਮਾਂ ਬਹੁਤ ਜ਼ਿਆਦਾ ਚੰਗੀ ਆ ਵੀ ਆਮ ਜਿਹੜੇ ਮਾੜੇ ਝੋਟਿਆਂ ਨੂੰ ਵਰਤਣ ਨੂੰ ਵੀ ਇਹੋ ਜਿਹਾ ਇਕੱਠਾ ਪਾਲ ਲਓ, ਹੈ ਨਾ। ਤਾਂ ਹੁਣ ਕੀ ਹੋਇਆ ਕੱਲ੍ਹ ਜਦੋਂ ਉਹ ਗੱਲ ਐਂ ਹੋਈ ਵੀ ਹਾਂ ਯਾਰ ਵੀ ਬਾਈ ਅਸੀਂ ਲੈ ਕੇ ਜਾਣਾ, ਹੈ ਨਾ, ਤਾਂ ਮੈਂ ਚੱਲ ਸ਼ੁਕਰ ਆ ਯਾਰ ਵਿਚਾਰਾ ਕਾਣਾ ਹੋ ਗਿਆ ਸੀਗਾ, ਹੈ ਨਾ, ਬਰੀਡਿੰਗ ਇਹਦੀ ਮਾਂ ਬਹੁਤ ਚੰਗੀ ਆ ਗਾ, ਨਾਨੀ ਬਹੁਤ ਚੰਗੀ ਆ, ਹੈ ਨਾ, ਤਿੰਨ ਪੀੜ੍ਹੀਆਂ ਦਾ ਘਰੇ ਰਿਕਾਰਡ ਆ ਗਾ, ਹਾਂ, ਭੈਣਾਂ ਵੀ ਚੰਗੀਆਂ ਉਹਦੀਆਂ, ਇਹਦੀਆਂ ਮਾਸੀਆਂ ਮੂਸੀਆਂ, ਤਾਂ ਕਹਿ ਸਕਦੇ ਹਾਂ। ਅਤੇ ਉਦੋਂ ਬਾਅਦ ਬਾਈ ਇਹ ਕੱਲ੍ਹ ਭੱਜ ਲਿਆ, ਭੱਜ ਕੇ ਇਹ ਅਤੇ ਮੂਹਰੇ ਮੂਹਰੇ ਭੱਜਿਆ ਗਿਆ। ਤਾਂ ਜਦੋਂ ਇਹਨੂੰ ਫੜਨ ਦੀ ਕੋਸ਼ਿਸ਼ ਕੀਤੀ ਅਤੇ ਕੱਚੇ ਥਾਂ 'ਤੇ ਵਧੀਆ ਭੱਜਿਆ, ਭੱਜ ਗਿਆ, ਭੱਜ ਗਿਆ ਕਿ ਉਹ ਉੱਥੇ ਖੜ ਗਿਆ, ਉੱਥੇ ਨਾ ਉਹ ਲੱਗਿਆ ਵਾ ਸੀ, ਮਤਲਬ ਜਿਵੇਂ ਆਪਾਂ ਆਹ ਕਹਿ ਦਿੰਦੇ ਆਪਣਾ ਆਪ ਐਪ ਦਾ। ਅਤੇ ਇਹਨੇ ਜਾ ਕੇ ਜਮਾਂ ਉਹਦੇ ਕੋਲ ਖੜ ਕੇ ਉਹਨੂੰ ਦੇਖਣ ਲੱਗਿਆ ਵੀ ਮਗਰ ਮੇਰੇ ਬੰਦਾ ਮੈਨੂੰ ਫੜਦਾ ਕਿ ਨਹੀਂ, ਅਤੇ ਉਧਰਲੀ ਅੱਖ ਤੋਂ ਦਿਖਦਾ ਸੀ। ਅਤੇ ਜਦੋਂ ਉਹ ਦੂਜੇ ਪਾਸੇ ਨੂੰ ਮੂੰਹ ਕਰਨ ਲੱਗਿਆ ਦੁਬਾਰੇ ਅਤੇ ਆਪਦੀ ਅੱਖੀ ਪੂਰੇ ਜ਼ੋਰ ਨਾਲ ਮਾਰ ਲਈ, ਠੀਕ ਆ, ਉਹਦੇ 'ਚ ਪੈਪ 'ਚ ਇਹਨੇ ਪੂਰੀ ਫੁੱਲ, ਠੀਕ ਆ, ਅਤੇ ਇਹਦੀ ਦੂਜੀ ਜਿਹੜੀ ਅੱਖ ਸੀਗੀ ਉਹਦੇ ਕੋਲੋਂ ਵੀ ਇਹ ਅੰਨਾ ਹੋ ਗਿਆ ਕਹਿਣ ਦਾ ਭਾਵ, ਠੀਕ ਆ, ਪਹਿਲਾਂ ਅੰਨ ਕਾਣਾ ਸੀਗਾ ਹੁਣ ਅੰਨਾ ਹੋ ਗਿਆ। ਅਤੇ ਜਾਣੀ ਕਿ ਦੂਜੀ ਅੱਖ ਵੀ ਇਹਨੇ ਮਤਲਬ ਇਹਨੇ ਡਿੱਡ ਕਰ ਲਈ ਵੀ ਉਹ ਲੈਂਜਾ ਜਿਹੜਾ ਉਹ ਫੁੱਟ ਗਿਆ, ਹੈ ਨਾ। ਵੀ ਮੈਂ ਅੱਗੇ ਕਹਿਣਾ ਵੀ ਮੈਂ ਅੱਗੇ ਗੱਲ ਕੀਤੀ ਮੰਮੀ ਨਾਲ ਵੀ, ਮੈਂ ਕਿਹਾ ਮੰਮੀ ਹੁੰਦੀ ਤਾਂ, ਹੈ ਨਾ, ਕਿਸਮਤ ਹੈ, ਕਿਸਮਤ 'ਤੇ ਸੋਚੇ ਆਪਾਂ ਅਲੱਗ ਕਹਿ ਨਹੀਂ ਦਿੰਦਾ ਕੋਈ ਅਗਲੇ ਪਿਛਲੇ ਜਨਮਾਂ ਦੀ ਕੋਈ ਸਜ਼ਾ, ਹੈ ਨਾ, ਆਪਾਂ ਕਹਿ ਦਿੰਦੇ ਹਾਂ। ਤਾਂ ਤੂੰ ਦੇਖ ਲਾ ਵੀ ਪਹਿਲਾਂ ਚੱਲ ਆਪਾਂ ਕਹਿ ਦਿੰਦੇ ਹਾਂ ਚੱਲ ਉਹਨੇ ਡੰਡਾ ਵੱਜ ਗਿਆ, ਹੈ ਨਾ, ਚੱਲ ਫਿਰ ਵੀ ਆਪਾਂ ਐਂ ਸੀਗਾ ਵੀ ਚੱਲ ਕੋਈ ਨਾ ਕੋਈ ਬਰੀਡਿੰਗ ਕਰਨ ਵਾਲੇ ਨੇ ਰੱਖ ਲੈਣਾ, ਹੈ ਨਾ, ਮਾਮਾ ਦੇ ਰਿਕਾਰਡ ਬਹੁਤ ਚੰਗੇ, ਨਾਨੀਆਂ ਦੇ ਵੀ ਚੰਗੇ ਦੁੱਧ ਵਾਲੀ ਲੈਣ ਦਾ, ਹੈ ਨਾ, ਵੀ ਕੋਈ ਨਾ ਕੋਈ ਭਰਾ ਜਿਵੇਂ ਚੱਲ ਲੈ ਜੂਗਾ ਵੀ ਕੱਟਿਆ ਵਾਲਿਆਂ ਨੂੰ ਵੇਚਣ ਨੂੰ। ਤਾਂ ਜਦੋਂ ਭਰਾ ਕਹਿੰਦੇ ਵੀ ਅਸੀਂ ਲੈ ਕੇ ਜਾਵਾਂਗੇ ਪਿੰਡ ਵਾਸਤੇ, ਹੈ ਨਾ, ਠੀਕ ਆ, ਰਲ ਕੇ ਸਾਂਭ ਲਿਆ ਕਰਾਂਗੇ। ਤਾਂ ਉਦੋਂ ਖੁੱਲ ਗਿਆ, ਖੁੱਲ ਕੇ ਭੱਜ, ਅੱਗੇ ਵੀ ਭੱਜਦੇ ਹੀ, ਅੱਗੇ ਕਿਹੜਾ ਨਹੀਂ ਭੱਜਦਾ। ਤਾਂ ਜਮਾਂ ਜਾ ਕੇ ਖੜੇ ਹੀ ਉਸ ਢੰਗ ਨਾਲ ਵੀ ਜਦੋਂ ਦੂਜੀ ਅੱਖ ਘੁਮਾਉਣ ਲੱਗਿਆ ਜ਼ਿਆਦਾ ਜ਼ੋਰ ਦੀ, ਤਾਂ ਉਹ ਇਹਦੇ ਅੱਖ ਦੇ ਹਿਸਾਬ ਦੇ ਨਾਲ ਹੀ ਵੀ ਉਹ ਇਹਦੇ ਵਿੱਚ ਹੀ ਬਹਿ ਗਈ ਅੱਖ ਦੇ, ਅਤੇ ਸੱਟ ਖਾ ਲਈ। ਕੱਲ੍ਹ ਵੀ ਤਕਲੀਫ ਦੇ ਟੀਕੇ ਟੂਕੇ ਲਵਾਏ ਆ। ਤਾਂ ਬਾਕੀ ਤੁਸੀਂ ਦੇਖ ਸਕਦੇ ਹੋ ਹੁਣ ਸਾਰੀਆਂ ਮੱਝਾਂ ਬੈਠੀਆਂ। ਤਾਂ ਮੰਮੀ ਕਹਿੰਦੀ ਵੀ ਭਾਈ ਇਹ ਕੁਦਰਤ ਦੇ, ਹੁਣ ਕਹਿੰਦੀ ਇਹ ਸੌਦੇ ਆ, ਹੈ ਨਾ, ਕੁਦਰਤ ਦੇ ਕੋਈ ਅਗਲੇ ਪਿਛਲੇ ਪਾਪ ਹੋਣਗੇ ਵਿਚਾਰੇ ਨੇ, ਕਿੱਥੇ ਇਹਨੇ ਫਿਰ ਜਾਣਾ ਸੀਗਾ, ਵਧੀਆ ਥਾਂ 'ਤੇ ਚੱਲ ਅਗਲਾ ਖੁਰਾਕ ਖਰੂਕ ਖਾਂਦਾ ਆਪਦੀ ਵਧੀਆ ਜੂਨ ਹੰਡ ਆਉਂਦਾ, ਅਤੇ ਕਿੱਥੇ ਦੂਜੀ ਅੱਖ ਵੀ ਇਹਦੀ ਗਈ ਵਿਚਾਰੇ ਦੀ। ਇਹ ਚੀਜ਼ਾਂ ਹੁੰਦੀਆਂ, ਹੈ ਨਾ। ਤਾਂ ਬਾਕੀ ਇੱਕ ਦੋ ਮੱਝਾਂ ਚੱਕਰਵਾਈਆਂ ਸੀਗੀਆਂ, ਮਤਲਬ ਵੈਸੇ ਹੀਟ ਵਾਸਤੇ, ਜਿਵੇਂ ਆਹ ਝੁੱਟੀ ਆ ਹੀਟ ਕੱਢੀ ਜਾਂਦੀ ਹੈ ਡੈਡੋ ਫੈਟਰ, ਕਹਿੰਦਾ ਇੱਕ ਅੱਧੇ ਦਿਨ 'ਚ ਤਾਰਾਂ ਤੂਰਾਂ ਹੈ ਪੂਰੀਆਂ ਵਧੀਆ ਦੇਣ ਲੱਗ ਜੂ। ਅਤੇ ਜਿਹੜੀ ਆਪਣੀ ਇਹ ਆ ਬਿੱਲੋ ਆ, ਤਾਂ ਇਹਦੀ ਏ ਆਈ ਹੋ ਗਈ ਸੀਗੀ, ਤਾਂ ਗਾਹਾਂ ਪਰਮਾਤਮਾ ਨੂੰ ਪਤਾ ਵੀ ਕਿਵੇਂ ਕਰਨਾ ਇਹਨੇ, ਕਿਉਂਕਿ ਚੀਜ਼ ਤਾਂ ਪਰਮਾਤਮਾ ਦੇ ਹੁਕਮ ਨਾਲ ਹੀ ਆਉਂਦੀ ਆ ਵੀ ਗਾਹਾਂ ਉਹਨੂੰ ਪਤਾ ਹੈ ਵੀ ਰਹਿਣਾ ਕਰਨਾ, ਪਰ ਕਿਹੜਾ ਏ ਆਈ ਹੋ ਗਈ ਇਹਦੀ ਵਧੀਆ ਢੰਗ ਦੇ ਨਾਲ ਸਹੀ ਢੰਗ ਦੇ ਨਾਲ। ਤਾਂ ਹੁਣ ਬੈਠੀਆਂ ਸਾਰੀਆਂ ਵਧੀਆ, ਨਾ ਬੈਠੀਆਂ ਰਹਿੰਦੇ ਹਜੇ ਹੋਰ, ਰਕੇਸ਼ ਪਹਿਲੀ ਫੋੜਾ ਚੱਕ ਕੇ ਤਿਆਰ ਆ ਜਾਵਾਂ ਵੀ ਹੁਣ ਖੜੀਆਂ ਹੋਣਗੀਆਂ, ਇਹਨਾਂ ਨੂੰ ਦੇਖ ਕੇ 2:30 ਵਜੇ ਖੜੀਆਂ ਹੋਣਗੀਆਂ ਆਪ ਦੀ ਆਪ। ਇਹ ਹੁਣ ਟਾਈਮ ਤਾਂ ਨਹੀਂ ਮੈਂ ਦੇਖਿਆ, ਵੀਡੀਓ ਬਣਾਈ ਜਾਂਦਾ ਮੈਂ ਵੀ ਕਿੰਨਾ ਹੋ ਗਿਆ, ਮੈਂ ਤਕਰੀਬਨ ਮੰਨ ਲਾ ਘੰਟਾ ਕੁ ਹੋਰ, ਅੱਧਾ ਘੰਟਾ ਘੰਟੇ ਨੂੰ ਵੀ ਹੁਣ ਖੜੀਆਂ ਹੋ ਜਾਣਗੀਆਂ।
ਅਤੇ ਮੈਂ ਚੱਲ ਯਾਰ ਉਹ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰੀਏ ਵੀ ਵਿਚਾਰੇ ਨਾਲ ਯਾਰ ਐਂ ਹੋਇਆ ਹੈ ਨਾ ਵੀ ਆਪਾਂ ਕਹਿ ਦਿੰਦੇ ਹਾਂ ਅੱਜ ਤੋਂ ਆਮ ਦੇਖ ਕੇ ਖੜ੍ਹੀ ਹੋ ਗਈ ਛੋਟੀ ਬਾਕੀ ਹਜੇ ਉਹ ਖੜ੍ਹੀ ਹੋ ਗਈ ਉਹ ਖੜ੍ਹੀ ਹੋ ਗਈ ਤਿੰਨ ਕੱਟੀਆਂ ਖੜ੍ਹੀਆਂ ਅਤੇ ਇੱਕ ਗਾਂ ਅਤੇ ਝੋਟਾ ਕਿਉਂਕਿ ਕੱਚੇ ਥਾਂ 'ਤੇ ਜਾ ਕੇ ਜ਼ਿਆਦਾ ਬਹਿ ਕੇ ਖੁਸ਼ ਹਨ ਜਦੋਂ ਬਾਹਰ ਨਿਕਲ ਜਾਂਦੇ ਉਦੋਂ ਨਜ਼ਾਰੇ ਨਾਲ ਬਹਿੰਦੇ ਹੈ ਮੱਝਾਂ ਨੂੰ ਕੋਈ ਦੂਜਿਆਂ ਨੂੰ ਸਾਰਿਆਂ ਨੂੰ ਕੋਈ ਪਰਵਾਹ ਨਹੀਂ ਆਉਂਦੇ ਆ ਸਾਰੀਆਂ ਬੈਠੀਆਂ ਵਧੀਆ ਬੈਠ ਤਾਂ ਉਹ ਵੀ ਜਾਂਦੇ ਉਹ ਥੋੜ੍ਹਾ ਜਿਹਾ ਘੱਟ ਹੈ ਬਹਿ ਕੇ ਖੁਸ਼ ਹੈ ਮਤਲਬ ਜਦੋਂ ਖੜ੍ਹੇ ਖੁੜੇ ਜਿਹੇ ਰਹਿੰਦੇ ਆ ਖੜ੍ਹੇ ਰਹਿੰਦੇ ਆ ਦੋਨੇ ਅਤੇ ਜਦੋਂ ਬੈਠ ਬੂਠ ਜਾਂਦੇ ਉਦੋਂ ਘੰਟਾ ਦੋ ਘੰਟੇ ਬਹਿੰਦੇ ਆ ਵੀ ਵੱਧ ਟਾਈਮ ਨਹੀਂ ਬਹਿੰਦੇ ਅਤੇ ਮੱਝਾਂ ਵਧੀਆ ਵੀ ਆਪਦੀ ਮਰਜ਼ੀ ਨਾਲ ਜੇ ਖੜ੍ਹੀ ਵੀ ਹੋ ਗਈ ਕੋਈ ਭਰਾ ਦੇਖਣ ਵਾਲਾ ਆ ਗਿਆ ਤਾਂ ਖੜ੍ਹੀ ਮੱਲੋ ਮੱਲੀ ਕਰਨੀ ਪੈਂਦੀ ਹੈ ਹੈ ਨਾ ਐਂ ਤਾਂ ਹੈ ਨਹੀਂ ਵੀ ਨਹੀਂ ਯਾਰ ਬਈ ਬੈਠੀ ਆ ਵੀ ਕਾਹਨੂੰ ਯਾਰ ਨਹੀਂ ਜਦੋਂ ਬੰਦਾ ਹੀ ਐਡੀ ਦੂਰੋਂ ਆ ਗਿਆ ਚੱਲ ਹੈ ਨਾ ਤਾਂ ਫਿਰ ਉਹ ਖੜ੍ਹੀ ਕਰ ਲਈਦੀ ਆ ਅਤੇ ਮਤਲਬ ਉਹਨੇ ਖੜ੍ਹ ਕੇ ਜੇ ਉਹਦਾ ਮੂਡ ਆ ਵੀ ਨਹੀਂ ਮੈਂ ਤਾਂ ਹਜੇ ਬੈਠਣਾ ਹੀ ਸੀਗਾ ਤਾਂ ਫਿਰ ਉਹ ਮਤਲਬ ਨਾਲ ਦੀ ਨਾਲੀ ਪੰਜ ਚਾਰ ਮਿੰਟਾਂ 'ਚ ਫਿਰ ਬਹਿ ਜਾਂਦੀਆਂ ਦੁਬਾਰੇ ਜਦੋਂ ਗਾਹਾਂ ਲੰਘ ਜਾਈਦਾ ਤਾਂ ਵਧੀਆ ਲੱਗਦੀਆਂ ਹੁੰਦੀਆਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਯੂਟਿਊਬ ਚੈਨਲ ਵੀ ਪਿੰਦੀ ਸਿੱਧੂ ਦੇ ਫਾਰਮ ਦੇ ਨਾਂ 'ਤੇ ਆ ਉਹਦੇ ਵੀ ਸਬਸਕ੍ਰਾਈਬ ਕਰ ਲਿਆ ਕਰੋ ਕਈ ਵਾਰੀ ਫੇਸਬੁੱਕ ਪ੍ਰੋਬਲਮ ਆ ਤਾਂ ਯੂਟਿਊਬ 'ਤੇ ਵੀਡੀਓ ਮਿਲ ਜਾਂਦੀ ਹੈ ਤਾਂ ਫੇਸਬੁੱਕ ਚੈਨਲ ਵੀ ਇਸੇ 'ਤੇ ਆ ਪੇਜ ਠੀਕ ਹੈ ਯੂਟਿਊਬ ਚੈਨਲ ਇਸੇ ਨਾਮ 'ਤੇ ਆ ਪਿੰਦੀ ਸਿੱਧੂ ਫਾਰਮ ਤਾਂ ਫੇਸਬੁੱਕ ਵੀ ਪਿੰਦੀ ਸਿੱਧੂ ਫਾਰਮ 88 ਦੇ ਨਾਮ 'ਤੇ ਆ ਜੀ ਤਾਂ ਬਾਕੀ ਇੱਕ ਪਿੰਦੀ ਸਿੱਧੂ ਦੇ ਨਾਮ 'ਤੇ ਉਹ ਪਰਸਨਲ ਮਤਲਬ ਮੇਰੀ ਜਿਹੜੀ ਆਈ ਡੀ ਆ